السلام علیکم پنجابی لیکچرز حاضر نے آپ کی نے اج اسی کلاسیکی شاعری نو ٹچ کران گے پہلے کلاسیکی شاعر ساڈے کول آندے نے بابا فرید الدین مسعود گنج شکر انہاں دا تھوڑا جا انٹرو اے میں نوٹس بنایا نا اے ویکھو جدوں بھی کوئی سوال کسی بھی شاعر بارے یا کسی بھی مصنف بارے تساں حل کرنا ہے تے اوتھوں انہاں اودا ایک پیٹرن ہوندا ہے ਉਹ ਪੈਟਰਨ ਕੀ ਹੈ ਕਿ ਪਹਿਲਾਂ ਤੁਸੀਂ ਥੋੜ੍ਹਾ ਜਿਹਾ ਬਰੀਫ ਇੰਟਰੋਡਕਸ਼ਨ ਦੇਣਾ ਹੁੰਦਾ ਉਸ ਸ਼ਾਇਰ ਬਾਰੇ ਬਰੀਫ ਇੰਟਰੋਡਕਸ਼ਨ ਵਿੱਚ ਇਹਦੇ ਵਿੱਚ ਜ਼ਰਾ ਜ਼ਿਆਦਾ ਗੱਲਾਂ ਨੇ ਤਾਂ ਤੁਸੀਂ ਥੋੜ੍ਹੀਆਂ ਗੱਲਾਂ ਲਿਖਣੀਆਂ ਨੇ ਜਿਵੇਂ ਉਹਨਾਂ ਦਾ ਨਾਂ ਉਹਨਾਂ ਦਾ ਲਕਬ ਫੈਮਿਲੀ ਬੈਕਗਰਾਊਂਡ ਥੋੜ੍ਹਾ ਜਿਹਾ ਉਹਨਾਂ ਦੀ ਸਟੱਡੀ ਦੇ ਬਾਰੇ 'ਚ ਉਹਨਾਂ ਦੀ ਕਿਤਾਬਾਂ 'ਚ ਕਿਤਾਬਾਂ ਦੇ ਬਾਰੇ 'ਚ ਅਤੇ ਉਹਨਾਂ ਦੀ ਮਸ਼ਹੂਰ ਸ਼ਾਇਰੀ ਕਿਹਨਾਂ ਜ਼ੁਬਾਨਾਂ ਵਿੱਚ ਉਹਨਾਂ ਨੇ ਕੀਤੀ ਅਤੇ ਉਹਨਾਂ ਦਾ ਸਟਾਰਟ ਜਿਵੇਂ ਬਾਬਾ ਫਰੀਦ ਬਾਰੇ ਕਿਹਾ ਜਾਂਦਾ ਕਿ ਇਹ ਪੰਜਾਬੀ ਦੇ ਮੋਢੀ ਨੇ ਜਿਨ੍ਹਾਂ ਨੇ ਪੰਜਾਬੀ ਸ਼ਾਇਰੀ ਨੂੰ ਫਰੋਗ ਦਿੱਤਾ ਜਾਂ ਸ਼ੁਰੂਆਤ ਜਿਨ੍ਹਾਂ ਨੇ ਕੀਤੀ ਅਤੇ ਇਹਨਾਂ ਬਾਰੇ ਵੇਖੋ ਥੋੜ੍ਹਾ ਜਿਹਾ ਇਹਨਾਂ ਦਾ ਇੰਟਰੋ ਲਿਖਣਾ ਹੈ ਜਿਹਦੇ ਵਿੱਚ ਆ ਜਾਏਗਾ ਥੋੜ੍ਹਾ ਜਿਹਾ ਇਹਨਾਂ ਦਾ ਨਾਂ ਲਕਬ ਜਾਏ ਪੈਦਾਇਸ਼ ਇਨੀਸ਼ੀਅਲੀ ਇਹੋ ਦੱਸਣਾ ਅਤੇ ਨੈਕਸਟ ਤੁਸੀਂ ਥੋੜ੍ਹਾ ਜਿਹਾ ਇਹ ਹੈਡਿੰਗਸ ਨੇ ਬਟ ਆਈ ਗੈਸ ਅਗਰ ਤੁਸੀਂ ਇੰਟਰ ਥੋੜ੍ਹਾ ਜਿਹਾ ਲਿਖੋ ਇੱਕ ਪੈਰਾਗ੍ਰਾਫ ਹੀ ਆ ਜਾਏਗਾ ਜਿਹਨਾਂ ਵਿੱਚ ਉਹਨਾਂ ਦਾ ਥੋੜ੍ਹਾ ਜਿਹਾ ਇੰਟਰੋਡਕਸ਼ਨ ਆ ਜਾਏਗਾ ਹਸਬ ਨਸਬ ਕਿ ਜਿਵੇਂ ਬਾਬਾ ਫਰੀਦ ਬਾਰੇ ਕਿਹਾ ਜਾਂਦਾ ਕਿ ਇਹ ਪੰਜਾਬੀ ਦੇ ਮੈਂ ਤੁਹਾਨੂੰ ਪੁਆਇੰਟਸ ਦੱਸ ਦਿੰਦੀ ਹਾਂ ਪੰਜਾਬੀ ਦੇ ਪਹਿਲੇ ਸ਼ਾਇਰ ਪਹਿਲੇ ਮੋਢੀ ਨੇ ਪੰਜਾਬੀ ਜ਼ੁਬਾਨ ਦੇ ਠੀਕ ਹੈ ਜਿਹਨਾਂ ਨੇ ਪੰਜਾਬੀ ਜ਼ੁਬਾਨ ਵਿੱਚ ਸ਼ਾਇਰੀ ਕੀਤੀ ਇਹਨਾਂ ਤੋਂ ਪਹਿਲੇ ਕੋਈ ਰਿਕਾਰਡ ਨਹੀਂ ਹੈ ਸਾਡੇ ਕੋਲ ਅਤੇ ਜਿਹੜਾ ਰਿਕਾਰਡ ਆਇਆ ਉਹ ਬਾਬਾ ਫਰੀਦ ਤੋਂ ਆਇਆ ਇਹਨਾਂ ਦੀ ਕਿਤਾਬਾਂ ਬਾਰੇ ਇਹਨਾਂ ਦੀ ਤਾਲੀਮ ਬਾਰੇ 'ਚ ਇਹਨਾਂ ਨੇ ਕੀ ਪੜ੍ਹਿਆ ਮੋਸਟਲੀ ਜਿੰਨੇ ਵੀ ਸ਼ਾਇਰ ਨੇ ਇਹ ਬਜ਼ੁਰਗ ਸ਼ਾਇਰ ਨੇ ਕਲਾਸਿਕੀ ਸ਼ਾਇਰੀ ਜਿਹਨਾਂ ਨੇ ਕੀਤੀ ਅਤੇ ਇਹਨਾਂ ਦੀ ਤਾਲੀਮ ਵਿੱਚ ਦੀਨੀ ਤਾਲੀਮ ਦਾ ਜ਼ਿਆਦਾ ਅੰਸਰ ਮਿਲਦਾ ਹੈ ਅਤੇ ਉਹ ਤਾਲੀਮ 'ਤੇ ਆ ਜਾਏਗਾ ਅੱਛਾ ਇੱਕ ਹੋਰ ਗੱਲ ਹੈ ਜਿੰਨੇ ਵੀ ਹੁਣ ਸੀ ਐੱਸ ਐੱਸ ਦੀ ਕਿਤਾਬ ਵਿੱਚ ਸੀ ਐੱਸ ਐੱਸ ਦੇ ਸਿਲੇਬਸ 'ਚ ਜਿੰਨੇ ਸ਼ਾਇਰ ਨੇ ਕਲਾਸਿਕੀ ਸ਼ਾਇਰ ਉਹ ਆਲਮੋਸਟ 6 ਸ਼ਾਇਰ ਨੇ ਉਹਨਾਂ ਸ਼ਾਇਰਾਂ ਬਾਰੇ ਕੀ ਇੱਕ ਚੀਜ਼ ਹੈ ਸਾਰੇ ਬਜ਼ੁਰਗ ਸ਼ਾਇਰ ਨੇ ਠੀਕ ਹੈ ਸਾਰੇ ਦੀਨੇ ਇਸਲਾਮ ਦੀ ਫਰੋਗ ਦੇ ਬਾਰੇ 'ਚ ਗੱਲਾਂ ਕਰਦੇ ਨੇ ਤਬਲੀਗ ਦੇ ਬਾਰੇ 'ਚ ਗੱਲਾਂ ਕਰਦੇ ਨੇ ਉਹ ਅੱਲਾਹ ਦੀ ਮੁਹੱਬਤ ਰਸੂਲ ਦੀ ਮੁਹੱਬਤ ਅਤੇ ਮੁਰਸ਼ਿਦ ਦੀ ਮੁਹੱਬਤ ਬਾਰੇ ਗੱਲਾਂ ਕਰਦੇ ਨੇ ਅਤੇ ਇਹ ਉਹਨਾਂ ਦਾ ਸਾਰਾ ਤਸੱਵਫ ਬਾਰੇ ਉਹ ਗੱਲ ਕਰਦੇ ਨੇ ਅਤੇ ਇਹ ਕਾਮਨ ਚੀਜ਼ਾਂ ਨੇ ਅਤੇ ਜਦੋਂ ਤੁਸੀਂ ਕਿਸੇ ਵੀ ਸ਼ਾਇਰ ਨੂੰ ਪ੍ਰਿਪੇਅਰ ਕਰਨ ਲੱਗੋ ਅਤੇ ਪਹਿਲਾਂ ਤੁਸੀਂ ਕੀ ਕਰਨਾ ਕੁਛ ਪੁਆਇੰਟਸ ਜਿਹੜੇ ਸਾਰੇ ਸ਼ਾਇਰਾਂ ਬਾਰੇ ਜੋ ਹੈ ਨਾ ਕਾਮਨ ਨੇ ਉਹ ਕਾਮਨ ਕੀ ਹੈ ਨਾ ਕਿ ਤਸੱਵਫ ਦੇ ਬਾਰੇ 'ਚ ਗੱਲ ਹੈ ਦੀਨ ਦੇ ਬਾਰੇ 'ਚ ਗੱਲ ਹੈ ਇਖਲਾਕੀਆਤ ਅਤੇ ਰੂਹਾਨੀਆਤ ਇਹ ਤਿੰਨ ਚਾਰ ਗੱਲਾਂ ਨੇ ਅਤੇ ਇਹ ਤੁਸੀਂ ਹਰ ਸ਼ਾਇਰ ਬਾਰੇ ਯਾਦ ਰੱਖਣੀਆਂ ਨੇ ਅਤੇ ਇਹ ਕਾਮਨ ਨੇ ਇਹ ਉਹ ਕੋਈ ਗੱਲ ਨਹੀਂ ਜੇ ਤੁਸੀਂ ਤੁਹਾਨੂੰ ਕੋਈ ਡਿਫਰੈਂਟ ਚੀਜ਼ ਯਾਦ ਕਰਨੀ ਪਏਗੀ 6 ਸ਼ਾਇਰ ਨੇ ਅਤੇ 6 ਬਾਰੇ 'ਚ ਇੱਕ ਹੀ ਕਾਮਨ ਹੈ ਕਿ ਰੂਹਾਨੀਅਤ ਇਖਲਾਕੀਅਤ ਅਤੇ ਤਸੱਵਫ ਠੀਕ ਹੈ ਇਹ ਦੋ ਚਾਰ ਗੱਲਾਂ ਜਦੋਂ ਅਸੀਂ ਅੱਗੇ ਇਹਨੂੰ ਕੰਟੀਨਿਊ ਕਰਾਂਗੇ ਅਤੇ ਅੱਗੇ ਅਸੀਂ ਪੜ੍ਹ ਲਵਾਂਗੇ ਠੀਕ ਹੈ ਇਹ ਹੋ ਗਿਆ ਇਹਦੇ ਬਾਰੇ 'ਚ ਅਤੇ ਇਹਨਾਂ ਦੀਆਂ ਕਿਤਾਬਾਂ ਇਹਨਾਂ ਦੀ 3 ਕਿਤਾਬਾਂ ਨੇ ਠੀਕ ਹੈ ਇੱਕ ਕਿਤਾਬਾਂ ਲਿਖੀਆਂ ਨੇ ਰਾਹਤ ਉਲ ਕਲੂਬ ਅਸਰਾਰੁਲ ਔਲੀਆ ਅਤੇ ਫਵਾਇਦ ਉਸ ਸਾਲਿਕੀਨ ਇਹ 3 ਕਿਤਾਬਾਂ ਅਤੇ ਕਿਤਾਬਾਂ ਮੈਂ ਤੁਹਾਨੂੰ ਇਹੀ ਕਹਾਂਗੀ ਕਿ ਕਿਤਾਬਾਂ ਦਾ ਨਾਂ ਜ਼ਰੂਰ ਯਾਦ ਰੱਖਿਓ ਕਿ ਪੇਪਰ 'ਚ ਥੋੜ੍ਹੀ ਜਿਹੀ ਡਿਸਟਿੰਕਸ਼ਨ ਪੈਦਾ ਕਰਦੇ ਨੇ ਜਦੋਂ ਤੁਸੀਂ ਕਿਸੇ ਵੀ ਬਜ਼ੁਰਗ ਬਾਰੇ ਕਿਸੇ ਵੀ ਸ਼ਾਇਰ ਬਾਰੇ ਲਿਖੋ ਅਤੇ ਉਹਨਾਂ ਦੀ ਕਿਤਾਬਾਂ ਉਹਨਾਂ ਤੋਂ ਥੋੜ੍ਹਾ ਇੰਟਰੋਡਕਸ਼ਨ ਡਾਲੋ ਉਹਨਾਂ ਦੀ ਕਿਤਾਬਾਂ ਬਾਰੇ ਉਹਨਾਂ ਦੀ ਤਸਾਨੀਫ ਬਾਰੇ ਤਾਂ ਕਿ ਐਗਜ਼ਾਮਿਨਰ ਨੂੰ ਪਤਾ ਲੱਗੇ ਤੁਸੀਂ ਕੁਛ ਸਟੱਡੀ ਕੀਤੀ ਹੈ ਠੀਕ ਹੈ ਅੱਗੇ ਇਹਨਾਂ ਦਾ ਕਲਾਮ ਆ ਜਾਂਦਾ ਇਹ ਥੋੜ੍ਹਾ ਜਿਹਾ ਮੈਂ ਇੰਟਰੋਡਕਸ਼ਨ ਦੱਸ ਦਿੱਤਾ ਹੈ ਹੁਣ ਮੈਂ ਤੁਹਾਨੂੰ ਪੁਆਇੰਟਸ ਦੱਸਣੀ ਆ ਕਿ ਤੁਸੀਂ ਲਿਖਣਾ ਕੀ ਹੈ ਇਹਦੇ ਵਿੱਚ ਹਸਬ ਨਸਬ ਵਿੱਚ ਆ ਜਾਏਗਾ ਜੀ ਤੁਹਾਡੇ ਕੋਲ ਆ ਜਾਏਗਾ ਕਿ ਇਹਨਾਂ ਦਾ ਲਕਬ ਫਰੀਦੁਦੀਨ ਹੈ ਠੀਕ ਹੈ ਇਹਨਾਂ ਦਾ ਅਸਲ ਨਾਮ ਮਸੂਦ ਹੈ ਅਤੇ ਇਹਨਾਂ ਦੀ ਜੇ ਪੀੜ੍ਹੀ ਹੈ ਉਹ ਹਜ਼ਰਤ ਉਮਰ ਫਾਰੂਕ ਰਜ਼ੀ ਅੱਲਾਹ ਅਨਹੁ ਨਾਲ ਮਿਲਦੀ ਹੈ ਇਹ 3 ਚੀਜ਼ਾਂ ਹੋ ਗਈਆਂ ਹਸਬ ਨਸਬ ਵਿੱਚ ਤਾਲੀਮ ਬਾਰੇ ਇਹਨਾਂ ਦੇ ਇਬਤਦਾਈ ਤਾਲੀਮ ਜਿਹਨੂੰ ਮਿਡਲੀ ਤਾਲੀਮ ਕਹਿੰਦੇ ਨੇ ਉਹ ਇਹਨਾਂ ਨੇ ਆਪਣੀ ਵਾਲਦਾ ਮੁਹਤਰਮਾ ਕਰਸਮ ਬੀਬੀ ਕੋਲੋਂ ਹਾਸਿਲ ਕੀਤੀ ਹੈ ਠੀਕ ਹੈ ਅਤੇ ਇਹਨਾਂ ਨੇ ਅਰਬੀ ਫਾਰਸੀ ਤਫਸੀਰ ਹਦੀਸ ਫਿੱਕਾ ਮੰਤਕ ਅਸੂਲ ਮਾਨੀ ਫਲਸਫਾ ਰਿਆਜ਼ ਅਤੇ ਹਈਅਤ ਦਾ ਇਲਮ ਸਿੱਖਿਆ ਹੈ ਠੀਕ ਹੈ
ਤੇ ਇਹ ਕੁਰਾਨ ਮਜੀਦ ਦੇ ਹਾਫਿਜ਼ ਵੀ ਸਨ। ਇਹ ਕਾਫੀ ਕਾਮਨ ਚੀਜ਼ਾਂ ਨੇ, ਅੱਗੇ ਵੀ ਆਵਣਗੀਆਂ ਡਿਫਰੈਂਟ ਬਜ਼ੁਰਗਾਂ ਦੇ ਜਦੋਂ ਅਸੀਂ ਉਹ ਸਟੱਡੀ ਕਰਾਂਗੇ। ਇਹਨਾਂ ਦੇ ਬਜ਼ੁਰਗ ਦਾ ਨਾਂ ਹਜ਼ਰਤ ਖਵਾਜਾ ਬਖਤਿਆਰ ਕਾਕੀ ਹੈ, ਠੀਕ ਹੈ। ਤੇ ਇਹ ਥੋੜੀਆਂ ਬਹੁਤਾਂ ਗੱਲਾਂ, ਜ਼ਿਆਦਾ ਡਿਟੇਲ ਜਾਣ ਦੀ ਲੋੜ ਨਹੀਂ, ਕਿਉਂਕਿ 15 ਨੰਬਰ ਦਾ 16 ਨੰਬਰ ਦਾ ਸਵਾਲ ਹੈ ਉਹ ਤੁਸੀਂ ਹੱਲ ਕਰਨਾ, ਤੇ ਤੁਸੀਂ ਸਾਰਾ ਟਾਈਮ ਇੰਟਰੋਡਕਸ਼ਨ ਤੇ ਨਹੀਂ ਲਾਓਗੇ, ਠੀਕ ਹੈ। ਤੇ ਉਹ ਹਾਰਡਲੀ ਕੋਈ 3-4 ਨੰਬਰ ਦਾ ਇੰਟਰੋਡਕਸ਼ਨ ਹੋਏਗਾ, ਤੇ ਮੋਟੀਆਂ ਮੋਟੀਆਂ ਗੱਲਾਂ, ਠੀਕ ਹੈ। ਤਸਨੀਫ ਮੈਂ ਤੁਹਾਨੂੰ ਦੱਸ ਦਿੱਤੇ ਨੇ, 3 ਕਿਤਾਬਾਂ ਦਾ ਨਾਂ ਲਿਖਣਾ ਹੈ। ਆਦਤਾਂ ਤੇ ਖਸਲਤਾਂ ਤੁਹਾਨੂੰ ਪਤਾ ਹੈ ਕਿ ਸਾਰੇ ਬਜ਼ੁਰਗ ਸਾਦਾ ਤਬੀਅਤ ਹੁੰਦੇ ਨੇ, ਜ਼ੁਹਦ ਤੇ ਤਕਵਾ ਦੇ ਪੈਕਰ ਹੁੰਦੇ ਨੇ, ਇਹ ਜ਼ੁਬਾਨ ਦੇ ਮਿੱਠੇ ਹੁੰਦੇ ਨੇ, ਫਕਰੋ ਫਾਕਾ ਦੇ ਆਦੀ ਹੁੰਦੇ ਨੇ, ਠੀਕ ਹੈ। ਮੁਜਾਹਿਦਾ ਕਰਨਾ ਇਹਨਾਂ ਦੀ ਆਦਤ ਹੁੰਦੀ ਹੈ, ਰਿਆਜ਼ਤ ਇਹਨਾਂ ਦਾ ਇੱਕ ਉਹ ਕਹਿੰਦੇ ਨਾ ਓੜਨਾ ਵਿਛਾਉਣਾ ਹੁੰਦਾ ਹੈ, ਤੇ ਇਹ ਚੀਜ਼ਾਂ ਨੇ, ਇਹ ਸਾਰੇ ਸੂਫੀ ਬਜ਼ੁਰਗਾਂ ਦੇ ਨਾਲ ਮਨਸੂਬ ਹੈ, ਠੀਕ ਹੈ। ਅੱਛਾ, ਹੁਣ ਅੱਗੇ ਚੱਲਦੇ ਹਾਂ ਨੈਕਸਟ, ਕਿਉਂਕਿ ਇਹਨਾਂ ਦੇ ਬਾਬਾ ਫਰੀਦ ਦਾ ਜੋ ਟੌਪਿਕ ਹੈ ਨਾ, ਇਹ ਬੜਾ ਲੰਬਾ ਟੌਪਿਕ ਹੈ, ਤੇ ਹੁਣ ਇਹਨਾਂ ਦੀ ਸ਼ਾਇਰੀ ਵੱਲ ਅਸੀਂ ਟੁਰਨੇ ਹਾਂ। ਇਹਨਾਂ ਨੇ ਡਿਫਰੈਂਟ ਲੈਂਗੁਏਜਿਸ ਵਿੱਚ ਲਿਖਿਆ, ਫਾਰਸੀ ਕਲਾਮ, ਹਾਂਸੀ ਬੋਲ ਤੇ ਉਰਦੂ ਸ਼ਾਇਰੀ ਇਹਨਾਂ ਨੇ ਕੀਤੀ ਹੈ, ਠੀਕ ਹੈ। ਹੁਣ ਸ਼ਲੋਕ ਤੇ ਆ ਜਾਂਦੇ ਨੇ। ਸ਼ਲੋਕ ਕੀ ਹੁੰਦਾ ਹੈ ਜੀ? ਸ਼ਲੋਕ ਤੇ ਮਾਨੀ ਬਾਦਸ਼ਾਹ ਦੇ ਹੈ, ਜਹਾਨ ਬਾਦਸ਼ਾਹ ਤੇ ਜਹਾਨ ਦੇ ਨੇ। ਇਸ ਨੂੰ ਪ੍ਰਾਕ੍ਰਿਤ ਵਿੱਚ ਗਾਥਾ, ਉਪਭਰਨਸ਼ ਵਿੱਚ ਦੋਹਾ ਤੇ ਸੰਸਕ੍ਰਿਤ ਵਿੱਚ ਸ਼ਲੋਕ ਕਹਿੰਦੇ ਨੇ। ਇਹ ਡਿਫਰੈਂਟ ਲੈਂਗੁਏਜਿਸ ਆ ਉਹਨਾਂ ਨੇ ਦੱਸੀਆਂ ਨੇ ਕਿ ਪ੍ਰਾਕ੍ਰਿਤ ਵਿੱਚ ਗਾਥਾ ਕਹਿੰਦੇ ਨੇ, ਉਪਭਰਨਸ਼ ਵੀ ਇੱਕ ਲੈਂਗੁਏਜ, ਉਹਦੇ ਵਿੱਚ ਇਹਨੂੰ ਦੋਹਾ ਕਹਿੰਦੇ ਨੇ, ਤੇ ਸੰਸਕ੍ਰਿਤ ਦੀ ਲੈਂਗੁਏਜ ਜਿਹਦੇ ਵਿੱਚ ਇਹਨੂੰ ਸ਼ਲੋਕ ਕਹਿੰਦੇ ਨੇ, ਠੀਕ ਹੈ। ਹੁਣ ਅੱਛਾ, ਇੱਕ ਹੋਰ ਚੀਜ਼ ਹੁੰਦੀ ਰੈਫਰੈਂਸਿਸ, ਤੁਸੀਂ ਜ਼ਰੂਰ ਡਾਲਿਆ ਕਰੋ। ਜਿਵੇਂ ਇਹ ਹੈ, ਇਹ ਲਿਖਿਆ ਹੈ, ਸ਼ਰੀਫ ਕੰਜਾਹੀ ਦੇ ਖਿਆਲ ਮੁਜਬ ਇਹ ਲਫ਼ਜ਼ ਰੂਸੀ ਸ਼ਲੋ ਤੋਂ ਬਣਾਇਆ ਗਿਆ। ਹੁਣ ਇਹਦਾ ਲਫ਼ਜ਼ ਦਾ ਮਾਨੀ ਕੀ ਆ? ਜਿਹਦੇ ਮਾਨੀ ਲਫ਼ਜ਼ ਦੇ ਨੇ, ਸ਼ਲੋਕ ਦਾ ਮਾਨੀ ਹੋ ਗਿਆ ਲਫ਼ਜ਼, ਠੀਕ ਹੈ। ਹੁਣ ਮੁਹੰਮਦ ਆਸਿਫ ਖਾਨ ਕਹਿੰਦੇ ਨੇ, ਸ਼ਲੋਕ ਕੀ ਹੁੰਦਾ ਜੀ? ਸ਼ਲੋਕ 2 ਜਾਂ 2 ਤੋਂ ਵੱਧ ਮਿਸਰਿਆਂ ਵਾਲੀ ਅਜਿਹੀ ਨਜ਼ਮ ਹੈ ਜਿਸ ਨੂੰ ਕਿਸੇ ਅੱਲਾ ਲੋਕ ਲਿਖਿਆ ਹੋਵੇ। 2 ਮਿਸਰੇ ਹੁੰਦੇ ਨੇ ਜਾਂ 2 ਤੋਂ ਵੱਧ ਮਿਸਰੇ ਹੁੰਦੇ ਨੇ, ਠੀਕ ਹੈ। ਨੋਰਮਲੀ 2 ਮਿਸਰਿਆਂ ਦਾ ਸ਼ੇਰ ਹੁੰਦਾ, ਤੇ ਇਹ ਸਮਟਾਈਮਸ ਇਹ 2 ਮਿਸਰੇ ਹੁੰਦੇ ਨੇ, ਸਮਟਾਈਮਸ ਇਹ 2 ਤੋਂ ਜ਼ਿਆਦਾ ਹੁੰਦੇ। ਤੇ ਉਹ ਸ਼ਲੋਕ ਉਹ ਚੀਜ਼ ਹੁੰਦੀ ਜੋ ਅੱਲਾ ਵਾਲੇ ਨੇ ਲਿਖੀ ਹੋਈ ਹੈ, ਅੱਲਾ ਦੇ ਬਾਰੇ 'ਚ ਲਿਖੀ ਹੋਈ, ਠੀਕ ਹੈ। ਇਹ ਬਾਬਾ ਫਰੀਦ ਆਖਿਆ, ਠੀਕ ਹੈ। ਨੈਕਸਟ ਚੱਲਦੇ ਨਾ ਅੱਗੇ, ਹੁਣ ਇਹਨਾਂ ਦੀ ਸ਼ਲੋਕ ਫਰੀਦੀ ਦਾ ਵੇਰਵਾ ਕਰਦੇ ਨੇ। ਹੁਣ ਇਹਦੇ ਵਿੱਚ ਕੀ ਹੈ? ਇਹਦੇ ਵਿੱਚ ਤੁਸੀਂ ਵੇਖਣਾ ਸ਼ਲੋਕ ਫਰੀਦੀ ਦਾ ਵੇਰਵਾ ਜਿਹੜਾ ਹੈ ਨਾ, ਇਹਦੇ ਵਿੱਚ 3 ਮੇਨ ਹੈਡਿੰਗਸ ਨੇ। 1 ਇਜ਼ ਤਸੱਵਫ, ਠੀਕ ਹੈ। ਦੂਜੀ ਆ ਜਾਂਦੀ ਹੈ ਰੂਹਾਨੀ ਤਾਲੀਮਾਤ, ਤੇ ਤੀਜੀ ਆਉਂਦੀ ਇਖਲਾਕੇ ਹਮੀਦਾ ਵੱਲ ਪ੍ਰੇਰਨਾ। ਹੁਣ 2017 ਦਾ ਆਈ ਗੈਸ ਪੇਪਰ ਹੈ, ਉਹਦੇ ਵਿੱਚ ਇਖਲਾਕੀਆਤ ਦੇ ਬਾਰੇ ਸਵਾਲ ਆਇਆ ਬਾਬਾ ਫਰੀਦ ਦਾ, ਤੇ ਜਦੋਂ ਇਖਲਾਕੀਆਤ, ਹੁਣ ਇਹ ਵੇਖ ਲਈਏ ਤੁਸੀਂ ਸ਼ਲੋਕ ਫਰੀਦ ਦਾ ਵੇਰਵਾ, 3 ਚੀਜ਼ਾਂ ਉਹਨਾਂ ਨੇ ਪੁੱਛੀਆਂ, 3 ਚੀਜ਼ਾਂ ਉਹਨਾਂ ਨੇ ਦੱਸੀਆਂ, ਤਸੱਵਫ, ਰੂਹਾਨੀਅਤ ਤੇ ਅਖਲਾਕੀਅਤ। ਹੁਣ ਸਵਾਲ ਕਦੇ ਰੂਹਾਨੀਅਤ ਤੇ ਵੀ ਆ ਸਕਦਾ ਹੈ, ਕਦੇ ਤਸੱਵਫ, ਮੋਸਟਲੀ ਤਸੱਵਫ ਤੇ ਆਉਂਦਾ ਹੁੰਦਾ, ਇਸ਼ਕ ਮਜਾਜ਼ੀ ਤੇ ਇਸ਼ਕਿਆ ਕੀ ਟਾਈਪ ਆਫ ਕੁਐਸਚਨ ਕੁਝ ਆਉਂਦਾ ਹੈ, ਫਿਰ ਰੂਹਾਨੀਅਤ ਤੇ ਆ ਜਾਂਦਾ, ਉਹਨਾਂ ਦੀ ਤਾਲੀਮ ਦੱਸੋ, ਰੂਹਾਨੀ ਤਾਲੀਮ ਕੀ ਤੇ ਉਹਨਾਂ ਦੀ ਅਖਲਾਕੀ ਤਾਲੀਮ ਕੀ ਹੈ, ਇਹ ਵੀ ਸਵਾਲ ਆਉਂਦਾ ਹੈ। ਹੁਣ ਅਸੀਂ ਤਸੱਵਫ ਨੂੰ ਫਰਦਰ ਸਭ ਡਿਵਾਈਡ ਇਹਨੂੰ ਕਰਦੇ। ਅੱਛਾ, ਹੁਣ ਵੇਖੋ ਇਹ 3 ਚੀਜ਼ਾਂ ਨੇ ਕਿਹੜੀਆਂ ਦੱਸੀ ਮੈਂ? ਤਸੱਵਫ, ਰੂਹਾਨੀਅਤ ਤੇ ਅਖਲਾਕੀਅਤ। ਹੁਣ ਇਹੋ 3 ਹੈਡਿੰਗਸ ਜਿਹੜੀ ਨਾ, ਇਹ 6 ਦੇ 6 ਬਜ਼ੁਰਗਾਂ ਦੇ ਅੰਡਰ ਆਉਂਦੀਆਂ ਨੇ, ਠੀਕ ਹੈ। ਸਭ ਨੇ ਇਹੋ ਦੱਸਿਆ ਤਸੱਵਫ ਦੇ ਬਾਰੇ। ਹਾਂ, ਥੋੜ੍ਹੀ ਬਹੁਤ ਹੈਡਿੰਗਸ, ਥੋੜ੍ਹੀ ਬਹੁਤੀ ਹੈਡਿੰਗਸ ਜਿਹੜੇ ਨਾ, ਉਹ ਵੇਰੀ ਕਰਦੀਆਂ ਨੇ, ਬਟ ਓਵਰਆਲ ਜੋ ਉਹਦਾ ਪੈਗਾਮ ਹੈ ਜਾਂ ਜੋ ਉਹਦੀ ਥੀਮ ਹੈ ਨਾ, ਉਹ ਸਿਮਿਲਰ ਹੈ। ਤਸੱਵਫ ਵਿੱਚ ਬਹੁਤ ਸਾਰੀਆਂ ਹੈਡਿੰਗਸ ਨੇ, ਬਹੁਤ ਸਾਰੇ ਸਬ ਹੈਡਿੰਗਸ ਨੇ, ਬਟ ਤੁਸਾਂ ਕਾਮਨ ਹੈਡਿੰਗਸ ਲੈਣੀਆਂ ਨੇ, ਕਿਉਂਕਿ ਤਸੱਵਫ ਦਾ ਟੋਪਿਕ ਆਉਂਦਾ ਤਾਂ ਤੁਸੀਂ ਕੁਝ 10-14 ਹੈਡਿੰਗਸ ਨਹੀਂ ਉਹਦੇ ਵਿੱਚ ਲਿਖਣੇ, ਤੁਸੀਂ ਮੇਨ ਚੀਜ਼, ਮੇਨ ਥੀਮ ਦੱਸਣੀ ਹੈ ਤੇ ਉਹਨੂੰ ਐਕਸਪਲੇਨ ਕਰਨਾ, ਠੀਕ ਹੈ, ਵਿਦ ਸ਼ਾਇਰੀ, ਵਿਦ ਸ਼ੇਅਰ ਪਾਉਣੇ ਨੇ ਉੱਥੇ। ਹੁਣ ਤਸੱਵਫ ਵਿੱਚ ਅਸੀਂ ਫਰਦਰ ਡਿਵਾਈਡ ਇਹਨੂੰ ਕਰਨਾ। ਹੁਣ ਇਹਦੇ ਵਿੱਚ ਕੀ ਆ ਜਾਂਦਾ? ਜਿਹੜਾ ਮੈਂ ਪ੍ਰੈਫਰ ਕਰਾਂਗੀ, ਜੇ ਮਿਕਸ ਚੀਜ਼ਾਂ ਨੇ ਤੁਹਾਨੂੰ, ਬਾਕੀ ਜੋ ਬਜ਼ੁਰਗ ਨੇ ਸੂਫੀ ਬਜ਼ੁਰਗ ਉਹਨਾਂ ਨੂੰ ਪ੍ਰਿਪੇਅਰ ਕਰਨਾ
ਹੁਣ ਜਿਵੇਂ ਤੁਸੀਂ ਬਾਬਾ ਫਰੀਦ ਨੂੰ ਪ੍ਰਿਪੇਅਰ ਕਰਦੇ ਹੋ, ਠੀਕ ਹੈ, ਸ਼ਾਹ ਹੁਸੈਨ ਨੂੰ ਪ੍ਰਿਪੇਅਰ ਕਰਦੇ ਹੋ, ਤੁਸੀਂ ਸੁਲਤਾਨ ਬਾਹੂ ਨੂੰ ਕਰਦੇ ਹੋ, ਬੁੱਲੇ ਸ਼ਾਹ ਨੂੰ ਕਰਦੇ ਹੋ, ਹੁਣ ਇਹ ਚਾਰ ਬਜ਼ੁਰਗ ਨੇ, ਠੀਕ ਹੈ, ਫਿਰ ਅੱਗੇ ਆ ਜਾਂਦੇ ਵਾਰਿਸ ਸ਼ਾਹ ਤੇ ਮੀਆਂ ਮੁਹੰਮਦ ਬਖਸ਼ ਵੀ ਨਾ, ਹੁਣ ਇਹ ਛੇ ਬਜ਼ੁਰਗ ਨੇ, ਤੇ ਛੇ ਬਜ਼ੁਰਗ ਜਦੋਂ ਤੁਸੀਂ ਤਸੱਵਵ ਦੀ ਗੱਲ ਕਰੋਗੇ ਨਾ, ਤੇ ਤਸੱਵਵ ਦੀ ਗੱਲ ਵਿੱਚ ਤੁਸੀਂ ਉਹ ਚਾਰ ਪੰਜ ਗੱਲਾਂ ਹੀ ਡਾਲਣੀ ਜਿਹਦੇ ਵਿੱਚ ਤੁਸੀਂ ਤੁਹਾਨੂੰ ਦੱਸਣ ਲਈ ਆ। ਵਨ ਇਜ਼ ਮੁਰਸ਼ਦ ਦੀ ਲੋੜ, ਠੀਕ ਹੈ, ਸਾਰਿਆਂ ਬਜ਼ੁਰਗਾਂ ਨੇ ਮੁਰਸ਼ਦ ਦੀ ਲੋੜ ਤੇ ਐਮਫਸਾਈਜ਼ ਕੀਤਾ, ਬਾਬਾ ਫਰੀਦ ਨੇ ਵੀ ਕੀਤਾ, ਠੀਕ ਹੈ, ਕਾਮਿਲ ਰਹਿਬਰ ਦੀ ਖੋਜ ਵੀ ਉਹੀ ਮੁਰਸ਼ਦ ਦੀ ਲੋੜ ਹੀ ਆਉਂਦੀ ਹੈ, ਠੀਕ ਹੈ। ਮਨ ਦੀ ਪਹਿਚਾਣ, ਆਪਣੇ ਆਪ ਨੂੰ ਜਾਣਨਾ, ਮਨ ਦੀ ਪਹਿਚਾਣ ਹੈ, ਮਨ ਅਰਫ ਨਫਸਾ ਫਕਦ ਅਰਫ ਰੱਬਾ, ਜਿਹਨੇ ਆਪਣੇ ਨਫਸ ਨੂੰ ਜਾਣ ਲਿਆ ਉਹਨੇ ਆਪਣੇ ਰੱਬ ਨੂੰ ਪਹਿਚਾਣ ਲਿਆ, ਇਹ ਉਹ ਗੱਲ। ਫਿਰ ਐਕਸਕਿਊਜ਼ ਮੀ, ਵਹਦਤੁਲ ਵਜੂਦ ਦੀ ਗੱਲ ਕਰਦੇ ਨੇ, ਵਹਦਤੁਲ ਵਜੂਦ ਤੇ ਸਾਰੇ ਬਜ਼ੁਰਗ ਬਹੁਤ ਫੋਕਸ ਕਰਦੇ ਨੇ। ਫਿਰ ਅੱਲਾ ਦੇ ਦੀਦਾਰ ਦੀ ਸਿੱਖ, ਅੱਲਾ ਨੂੰ ਵੇਖਣਾ, ਉਹ ਗੱਲ ਵੇਖ। ਫਿਰ ਇਸ਼ਕ ਦਾ ਬਿਆਨ, ਠੀਕ ਹੈ, ਇਹ ਚੰਦ ਚੀਜ਼ਾਂ ਆ ਜਾਂਦੀਆਂ ਨੇ। ਫਿਰ ਰਾਜ਼ੀ ਬਾ ਰਜ਼ਾ ਹੋਣਾ, ਅੱਲਾ ਦੀ ਰਜ਼ਾ ਵਿੱਚ ਰਾਜ਼ੀ ਰਹਿਣਾ। ਫਿਰ ਦੂਈ ਦੇ ਤਸੱਵਰ ਦਾ ਖਾਤਮਾ, ਕਿ ਅੱਲਾ ਔਰ ਤੁਸਾਂ ਦੀ ਜ਼ਾਤ ਜਿਹੜੀ ਹੈ ਉਹ ਇੱਕ ਹੋ ਜਾਂਦੀ, ਦੂਈ ਦੇ ਤਸੱਵਰ ਹੀ ਨਹੀਂ, ਮੈਂ ਤੇ ਮੇਰਾ ਅੱਲਾ ਕੋਈ ਅਲੱਗ ਚੀਜ਼ ਨਹੀਂ, ਇਹ ਬਜ਼ੁਰਗਾਂ ਦਾ ਕਹਿਣਾ ਹੈ, ਠੀਕ ਹੈ। ਫਿਰ ਆ ਜਾਂਦੇ ਦਰਵੇਸ਼ਾਂ ਦੀ ਔਕੜਾਂ, ਆਈ ਗੈਸ ਉਹਨੂੰ ਰਹਿਣ ਦਿਓ। ਤੇ ਚੰਦ ਚੀਜ਼ਾਂ ਨੇ ਕਿਹੜੀਆਂ ਦੱਸਾਂ ਮੈਂ ਤੁਹਾਨੂੰ ਫਿਰ ਰਿਪੀਟ ਕਰਨੀਆਂ, ਮੁਰਸ਼ਦ ਦੀ ਲੋੜ, ਮਨ ਦੀ ਪਹਿਚਾਣ, ਵਹਦਤੁਲ ਵਜੂਦ, ਅੱਲਾ ਦੇ ਦੀਦਾਰ ਦੀ ਸਿੱਖ, ਇਹ ਬਜ਼ੁਰਗਾਂ ਨੂੰ ਅੱਲਾ ਨੂੰ ਵੇਖਣ ਦੀ ਲੋੜ ਹੁੰਦੀ ਹੈ, ਉਹਨਾਂ ਦੇ ਪਿਆਸ ਹੁੰਦੀ ਹੈ, ਇਸ਼ਕ ਦਾ ਬਿਆਨ, ਠੀਕ ਹੈ, ਦੂਈ ਦਾ ਖਾਤਮਾ ਤੇ ਰਾਜ਼ੀ ਬਾ ਰਜ਼ਾ। ਇਹ ਚਾਰ ਪੰਜ ਹੈਡਿੰਗਸ ਨੇ, ਤੁਸੀਂ ਇਹਨੂੰ ਪ੍ਰਿਪੇਅਰ ਕਰ ਲਓ ਤੇ ਇਹ ਚਾਰ ਪੰਜ ਹੈਡਿੰਗਸ, ਜਦੋਂ ਵੀ ਤਸੱਵਫ ਦਾ ਕਿਸੇ ਬਜ਼ੁਰਗ ਦਾ ਟੌਪਿਕ ਆਇਆ, ਤੁਸੀਂ ਇਹ ਚਾਰ ਪੰਜ ਹੈਡਿੰਗਸ ਪਾਉਣੀਆਂ ਨੇ, ਬਟ ਵਿਦ ਡਿਫਰੈਂਟ ਸ਼ਾਇਰੀ, ਹਰ ਬਜ਼ੁਰਗ ਦੀ ਜਿਹੜੀ ਡਿਫਰੈਂਟ ਸ਼ਾਇਰੀ ਉਹ ਤੁਸੀਂ ਉਹਦੇ ਵਿੱਚ ਪਾ ਦੇਣੇ ਹੋ। ਹੁਣ ਅਸੀਂ ਵੇਖਦੇ ਹਾਂ ਤਸੱਵਫ ਕੀ ਹੁੰਦਾ ਹੈ। ਤਸੱਵਫ ਹੁੰਦਾ ਮਨ ਦੀ ਪਾਕਿਜ਼ਗੀ ਦਾ ਨਾਂ ਤਸੱਵਫ ਹੈ। ਜਿਵੇਂ ਬਕੌਲ ਸ਼ੇਖ ਹਜ਼ਰੀ ਰਹਿਮਤੁੱਲਾ ਅਲੈਹ ਨੇ ਕਿਹਾ, ਨਫਸ ਦੀ ਪਾਕਿਜ਼ਗੀ ਤੇ ਅਖਲਾਕ ਦਾ ਨਾਂ ਤਸੱਵਫ ਹੈ। ਤੇ ਹਜ਼ਰਤ ਇਮਾਮ ਕਸ਼ੇਰੀ ਨੇ ਕਿਹਾ ਹੈ, ਬਾਤਨ ਦੀ ਤਾਮੀਰ, ਇਸਲਾਹ ਤੇ ਅਖਲਾਕ ਦੀ ਤਹਾਰਤ ਦਾ ਨਾਂ ਤਸੱਵਫ ਹੈ। ਠੀਕ ਹੈ, ਹੁਣ ਮੁਰਸ਼ਦ ਦੀ ਲੋੜ ਕੀ ਹੈ? ਬਾਬਾ ਜੀ ਦੀ ਸ਼ਾਇਰੀ ਵੇਖੋ, ਬਿਨਾਂ ਮੁਰਸ਼ਦਾਂ ਰਾਹ ਨਾ ਹਤਾਵੇ, ਦੁੱਧ ਬਾਜ ਨਰਜ ਦੀ ਖੀਰ ਸਾਈਂ। ਠੀਕ ਹੈ, ਇੱਕ ਹੋਰ ਜਗ੍ਹਾ ਉਹਨੇ ਕਿਹਾ ਹੈ, ਜਾਗ ਬਿਨਾਂ ਨਾ ਦੁੱਧ ਜੰਮਦੇ ਬਾਹੂ, ਭਾਵੇਂ ਲਾਲ ਹੁਮਨ ਕੜ ਕੜ ਕੇ ਹੂ। ਹੁਣ ਇਹ ਜੇ ਨਾ ਇਹ ਬਾਬਾ ਸੁਲਤਾਨ ਬਾਹੂ ਦੀ ਜਦੋਂ ਵੀ ਆ ਜਾਂਦੇ ਨਾ, ਬਾਹੂ ਤੇ ਹੂ, ਇਹ ਸੁਲਤਾਨ ਬਾਹੂ ਦੀ ਪਹਿਚਾਣ ਹੈ। ਤੇ ਇਹ ਉਹਨਾਂ ਦੀ ਉਹਨਾਂ ਨੇ ਇੱਥੇ ਦੱਸਿਆ ਕਿ ਮੁਰਸ਼ਦ ਦੀ ਲੋੜ ਕੀ ਹੈ, ਜਾਗ ਬਿਨਾਂ ਨਾ ਦੁੱਧ ਜੰਮਦੇ ਬਾਹੂ, ਭਾਵੇਂ ਲਾਲ ਹੋਵਨ ਕੜ ਕੜ ਕੇ ਹੂ। ਫਿਰ ਆ ਜਾਂਦੇ ਮਨ ਦੀ ਪਹਿਚਾਣ, ਉਹ ਤੁਸੀਂ ਦੱਸਦੇ ਮਨ ਅਰਫਾ ਨਫਸੀ ਫਕਦ ਅਰਫਾ ਰੱਬੀ। ਥੋੜ੍ਹਾ ਜਿਹਾ ਦੱਸਿਓ ਜੀ, ਆਪਣੇ ਆਪ ਨੂੰ ਪਹਿਚਾਣ ਲੈਣਾ ਇਹ ਰੱਬ ਦੀ ਪਹਿਚਾਣ ਹੈ, ਜਿਹਨੇ ਆਪਣੇ ਆਪ ਨੂੰ ਪਹਿਚਾਣ ਲਿਆ ਉਹਨੇ ਰੱਬ ਨੂੰ ਪਹਿਚਾਣ ਲਿਆ। ਤਾਂ ਇਹ ਬਜ਼ੁਰਗਾਂ ਦੀ ਤਾਲੀਮ ਹੈ, ਇਹ ਬਜ਼ੁਰਗਾਂ ਦਾ ਸਬਕ ਹੈ। ਹੁਣ ਵਾਦਤੁਲ ਵਜੂਦ ਵਿੱਚ ਆ ਜਾਓ। ਬਕੌਲ ਇਬਨੇ ਅਰਬੀ, ਹਕੀਕਤ ਵਿੱਚ ਕਾਇਨਾਤ ਸ਼ੀਸ਼ਾਂ ਦਾ ਸਿਲਸਿਲਾ ਹੈ, ਜਿਹਨਾਂ ਵਿੱਚ ਇਹ ਹਕਾਇਕ ਮੁਨਾਕਿਸ ਹੁੰਦੇ ਨੇ। ਹੁਣ ਇਹ ਵੇਖੋ ਵਾਦਤੁਲ ਵਜੂਦ ਕੀ, ਬਾਬਾ ਜੀ ਕੀ ਕਹਿੰਦੇ ਨੇ, ਬਾਬਾ ਜੀ ਦੇ ਸ਼ਲੋਕ, ਕਈ ਸ਼ਲੋਕ ਇਸ ਹਕੀਕਤ ਦੀ ਦੱਸ ਪਾਉਂਦੇ ਨੇ। ਜਿਵੇਂ ਫਰੀਦਾ ਖਾਲਿਕ ਖਲਕ ਮੇ, ਖਲਕ ਵਸੇ ਰੱਬ ਮਾ, ਫਰੀਦਾ ਖਾਲਿਕ ਖਲਕ ਮੇ, ਖਲਕ ਵਸੇ ਰੱਬ ਮਾ, ਮੰਦਾ ਕਿਸ ਨੂੰ ਆਖੀਏ ਜਾਂ ਤੁਸ ਬਿਨ ਕੋਈ ਨਾ। ਠੀਕ ਹੈ, ਇਹ ਤੁਸਾਂ ਹਰ ਟੌਪਿਕ ਵਿੱਚ, ਹਰ ਸਬ ਹੈਡਿੰਗ ਵਿੱਚ ਇੱਕ ਆਧਾ ਸ਼ੇਰ ਪਾਉਣਾ। ਹੁਣ ਅੱਲਾ ਦੇ ਦੀਦਾਰ ਦੀ ਸੀ, ਕਿ ਅੱਲਾ ਦੇ ਇਹ ਅੱਖੀਆਂ ਜਿਹੜੀਆਂ ਹੈ, ਇਹ ਅੱਲਾ ਦੇ ਦੀਦਾਰ ਦੀ ਪਿਆਸੀਆਂ ਨੇ। ਹਰ ਤਾਲਿਬ ਆਪਣੇ ਮਤਲੂਬ ਨੂੰ ਮਿਲਣਾ ਚਾਹੁੰਦਾ ਹੈ। ਅੱਲਾ ਦੇ ਵਿਸਾਲ ਦੀ ਸਿੱਖ ਹਰ ਮੁਸਲਮਾਨ ਦੇ ਦਿਲ ਵਿੱਚ ਹੋਣੀ ਚਾਹੀਦੀ। ਬਾਬਾ ਸਾਹਿਬ ਨੇ ਇਹ ਸ਼ੋਕ ਇੰਜ ਉਜਾਗਰ ਕੀਤਾ, ਕਾਂਗਾ ਸਭ ਤਨ ਖਾਈਓ, ਚੁਨ ਚੁਨ ਖਾਈਓ ਮਾਸ, ਦੋ ਨੈਣ ਮਤ ਖਾਈਓ, ਪੀਆ ਵੇਖਣ ਦੀ ਆਸ। ਇਹ ਬੜਾ ਕਾਮਨ ਸ਼ੇਰ ਹੈ, ਤੇ ਜਿਹੜੇ ਆਈ ਵੁੱਡ ਪ੍ਰੀਫਰ ਕਿ ਜਿਹੜੇ ਕਾਮਨ ਸ਼ੇਰ ਨੇ ਤੁਸੀਂ ਉਹ ਯਾਦ ਕਰੋ। ਬਾਬਾ ਫਰੀਦ ਦੀ ਬਹੁਤ ਸਾਰੀ ਸ਼ਾਇਰੀ ਤੁਸੀਂ ਨੂੰ ਲੱਭ ਜਾਏਗੀ ਗੂਗਲ ਤੇ, ਅਗਰ ਜੇ ਤੁਹਾਨੂੰ ਨਹੀਂ ਯਾਦ ਆਉਂਦੀ ਤੇ ਉਹਨਾਂ ਦੀ ਸ਼ਾਇਰੀ ਦੇ ਕੁਛ ਮਿਊਜ਼ਿਕ ਹੋਵੇਗਾ, ਸੂਫੀ ਕਵਾਲੀਆਂ ਹੈ, ਗਜ਼ਲਾਂ ਨੇ, ਸੂਫੀ ਕਲਾਮ ਹੈ, ਤੇ ਉਹ ਸੁਣੋ ਤੁਸੀਂ। ਸਪੈਸ਼ਲੀ ਬਾਬਾ ਫਰੀਦ, ਅਗਰ ਤੁਸੀਂ ਬਾਬਾ ਫਰੀਦ ਪ੍ਰਿਪੇਅਰ ਕਰਨੇ, ਬਾਬਾ ਫਰੀਦ ਦੀ ਸ਼ਾਇਰੀ ਦੇ ਕਲਾਮ ਸੁਣੋ, ਤੇ ਜੇ ਤੁਸੀਂ ਕਿਸੇ ਹੋਰ ਬਜ਼ੁਰਗ ਨੂੰ ਕਰਨਾ ਹੈ ਤੇ ਉਹਨਾਂ ਦੀ ਕਲਾਮ ਦੇ
ਉਹਨਾਂ ਦੀ ਸ਼ਾਇਰੀ ਵਾਲੇ ਕਲਾਮ ਸੁਣੋ ਤਾਂ ਕਿ ਤੁਹਾਨੂੰ ਰਿਦਮ ਵਿੱਚ ਆਉਂਦਾ ਤਾਂ ਤੁਹਾਨੂੰ ਜਲਦੀ ਯਾਦ ਹੋ ਜਾਂਦਾ। ਠੀਕ ਹੈ, ਹੁਣ ਦੂਈ ਦੇ ਤਸੱਵਰ ਦਾ ਖਾਤਮਾ। ਬਾਬਾ ਜੀ ਨੇ ਕਿਹਾ ਜੀ ਗੈਰ ਅੱਲਾ ਦੇ ਤਸੱਵਰ ਦੀ ਨਫ਼ੀ ਕੀਤੀ ਹੈ ਤੇ ਇੱਕੋ ਦਰ ਤੇ ਹੋ ਕੇ ਰਹਿਣ ਦੀ ਤਲਕੀਨ ਕੀਤੀ। ਇਹ ਦੂਈ ਦਾ ਤਸੱਵਰ ਕਿ ਜਦੋਂ ਤੁਸੀਂ ਅੱਲਾ ਤੋਂ ਮੰਗ ਰਹੇ ਹੋ ਤਾਂ ਅੱਲਾ ਦੇ ਹੋ ਕੇ ਰਹੋ, ਕਿਸੀ ਸ਼ਿਰਕ ਤੋਂ ਪਾਕ, ਕਿਸੀ ਦੂਜੇ ਕਿਸੀ ਗੈਰ ਅੱਲਾ ਨੂੰ ਤੂੰ ਨਾ ਮੰਗੋ। ਠੀਕ ਹੈ, ਰਾਜ਼ੀ ਬਰਜ਼ਾ, ਅੱਲਾ ਜੋ ਦੇਵੇ ਜੋ ਲੈਵੇ ਉਹਦੇ ਤੇ ਰਾਜ਼ੀ ਰਹੋ। ਅੱਲਾ ਦੀ ਖੁਸ਼ਨੂਦੀ ਹਾਸਲ ਕਰਨਾ ਅੱਲਾ ਵਾਲਿਆਂ ਦੀ ਮੰਜ਼ਿਲ ਹੁੰਦੀ ਹੈ। ਬਾਬਾ ਜੀ ਇਸ ਗੱਲ ਤੇ ਯਕੀਨ ਰੱਖਦੇ ਨੇ ਵੀ ਹਰ ਹਾਲ ਵਿੱਚ ਉਹਦੀ ਰਜ਼ਾ ਤੇ ਰਾਜ਼ੀ ਰਹਿਣਾ ਚਾਹੀਦਾ। ਔਰ ਫਰਮਾਉਂਦੇ ਨੇ ਫਰੀਦਾ ਦੁੱਖ ਸੁੱਖ ਇੱਕ ਕਰ, ਦਿਲ ਤੇ ਲਾਹੋ ਲਾ ਵਕਾਰ, ਅੱਲਾ ਭਾਵੇ ਸੋ ਭਲਾ ਤਾਂ ਲੱਭੇ ਦਰਬਾਰ। ਠੀਕ ਹੈ, ਜੇ ਤੁਹਾਨੂੰ ਇਹ ਥੋੜ੍ਹੇ ਬਿਹਤ ਮੁਸ਼ਕਿਲ ਲੱਗ ਰਹੇ ਨਾ ਤੇ ਮੈਂ ਕਹਾਂਗੀ ਕਿ ਕੋਸ਼ਿਸ਼ ਕਰੋ, ਯਾਦ ਕਰਨੇ ਦੀ ਕੋਸ਼ਿਸ਼ ਕਰੋ। ਨਹੀਂ ਯਾਦ ਹੁੰਦੇ ਤੇ ਚਲੋ ਇੱਕ ਆਧੇ ਦੀ ਤੁਸੀਂ ਸਕਿਪ ਕਰ ਦਿਓ, ਸ਼ਾਇਰ ਸੋਰੀ ਸ਼ੇਅਰ ਤੁਸੀਂ ਸਕਿਪ ਕਰ ਦਿਓ ਇੱਕ ਆਧੇ ਟੋਪਿਕ ਤੇ, ਬਟ ਜ਼ਿਆਦਾ ਸ਼ੇਅਰ ਪਾਓਗੇ ਤੇ ਜ਼ਿਆਦਾ ਨੰਬਰ ਸਕੋਰਿੰਗ ਹੋਏਗਾ। ਠੀਕ ਹੈ, ਅੱਛਾ ਹੁਣ ਦਰਵੇਸ਼ਾਂ ਦੀ ਔਕੜਾਂ ਦਾ ਜ਼ਿਕਰ ਉਹਨਾਂ ਨੇ ਕੀਤਾ। ਬਾਬਾ ਜੀ ਆਖਣਾ ਹੈ ਭਈ ਦਰਵੇਸ਼ੀ ਇਖਤਿਆਰ ਕਰਨਾ ਬਹੁਤ ਮੁਸ਼ਕਿਲ ਕੰਮ ਹੈ, ਇਹਦੀ ਖਾਤਰ ਦੁੱਖ ਦਰਦ ਤਕਲੀਫਾਂ ਮੁਸੀਬਤਾਂ ਹਿਜਰ ਤੇ ਫਰਾਕ ਦੀ ਮੋਂਗ ਸੀਨੇ ਤੇ ਦਲਨੀ ਪੈਂਦੀ ਹੈ। ਬਦਨ ਤੰਦੂਰ ਵਾਂਗੂ ਤਪਦਾ ਹੈ ਤੇ ਹੱਡੀਆਂ ਬਾਲਣ ਵਾਂਗਰ ਬਲਦੀਆਂ ਨੇ ਤਾਂ ਜਾ ਕੇ ਅੱਲਾ ਦਾ ਦੀਦਾਰ ਹੁੰਦਾ ਹੈ। ਠੀਕ ਹੈ, ਤਨ ਤਪੇ ਤੰਦੂਰ ਜਿਵੇਂ ਬਾਲਣ ਹੱਡ ਬਲਨ, ਪੈਰੀ ਥੱਕਾਂ ਸਰੀ ਜਲਾਂ ਜੇ ਮੂੰਹ ਪਰੀ ਮਿਲਣ। ਠੀਕ ਹੈ, ਹੁਣ ਆ ਜਾਂਦੇ ਅਸੀਂ ਰੂਹਾਨੀ ਦਾ, ਇਹ ਤਸੱਵਫ ਦਾ ਟੋਪਿਕ ਮੁਕੰਮਲ ਹੋ ਗਿਆ ਤੇ ਇਹੀ ਤਸੱਵਫ ਦਾ ਟੋਪਿਕ ਤੁਸੀਂ ਇਹੀ ਚੰਦ ਹੈਡਿੰਗ ਡਾਲ ਕੇ ਇਹੀ ਪਾ ਕੇ ਹੈਡਿੰਗ ਤੁਸੀਂ ਬਾਕੀ ਬਾਬਾ ਜੀ ਨੂੰ ਪ੍ਰਿਪੇਅਰ ਕਰ ਸਕਦੇ ਹੋ। ਬਸ ਤੁਸਾਂ ਨੇ ਕੀ ਰਿਪਲੇਸ ਕਰਨਾ ਹੈ, ਸ਼ੇਰ ਰਿਪਲੇਸ ਕਰਨਾ ਹੈ, ਸਿੰਪਲ। ਰੂਹਾਨੀ ਤਾਲੀਮਾਤ ਤੇ ਆ ਜਾਓ। ਰੂਹਾਨੀ ਤਾਲੀਮਾਤ ਕੀ ਨੇ ਜੀ, ਉਹਨਾਂ ਤੋਂ ਥੋੜ੍ਹਾ ਜਿਹਾ ਵੇਖ ਲਓ ਰੂਹਾਨੀ ਤਾਲੀਮਾਤ ਹੁੰਦੀਆਂ ਕੀ ਨੇ। ਹਿੰਦੂ ਮਤ, ਬੁੱਧ ਮਤ, ਵਿਦਾਨੀਅਤ, ਈਸਾਈ ਰਬਾਨੀਅਤ ਤੇ ਭਗਤੀ ਤਹਿਰੀਕਾਂ ਭਾਵੇਂ ਅਖਲਾਕ, ਸੱਚਾਈ ਤੇ ਹਕੀਕਤ ਦੇ ਸਾਂਝੇ ਅਸੂਲਾਂ ਤੇ ਚੱਲ ਰਹੀਆਂ ਸਨ, ਪਰ ਆਪ ਨੇ ਇਹਨਾਂ ਤੋਂ ਅਸਰ ਨਾ ਲਿਆ। ਆਪ ਕੁਰਾਨ ਤੇ ਸੁਨਤ ਦੇ ਸੱਚੇ ਪੈਰੋਕਾਰ ਤੇ ਉੱਚੇ ਸੂਫੀ ਸਨ, ਇਸ ਲਈ ਆਪ ਤੱਕ ਨਾਮ ਬਾਬਾ ਗੁਰੂ ਨਾਨਕ ਦੇ ਗ੍ਰੰਥ ਵਿੱਚ ਸ਼ਾਮਿਲ ਕੀਤਾ, ਜਿਹਦੇ ਵਿੱਚ ਇਸਲਾਮੀ ਅਕੀਦਿਆਂ ਨਾਲ ਇਜ਼ਹਾਰ ਥਾਂ ਥਾਵੇਂ ਵਖਾਲੀ ਦੇ ਰਿਹਾ। ਠੀਕ ਹੈ, ਰੂਹਾਨੀ ਤਾਲੀਮਾਂ ਕਿ ਉਹਨਾਂ ਨੇ ਆਪਣੇ ਇਸਲਾਮ ਨੂੰ ਨਹੀਂ ਛੱਡਿਆ, ਹਾਲਾਂਕਿ ਉਸ ਵੇਲੇ ਬਾਕੀ ਜਿਹੜੇ ਦੀਨ ਨੇ, ਦੀਨ ਤੇ ਨਹੀਂ ਮੈਂ ਕਹਾਂਗੀ, ਬਾਕੀ ਜਿਹੜੇ ਮਜ਼ਹਬ ਨੇ ਮਜ਼ਾਹਿਬ ਨੇ ਉਹ ਬੜੇ ਅਰੂਜ ਤੇ ਸਨ, ਬਟ ਉਹਨਾਂ ਨੇ ਆਪਣੀ ਤਾਲੀਮਾਂ ਨਹੀਂ ਛੱਡੀਆਂ। ਹੁਣ ਰੂਹਾਨੀ ਤਾਲੀਮਾਂ ਦੇਖੋ, ਤਸੱਵਫ ਜਿਹੜਾ ਨਾ ਉਹ ਅੱਲਾ ਦੀ ਮਿਲਣ ਦੀ ਯਾਦ ਹੈ, ਅੱਲਾ ਦੀ ਤੜਪ ਹੈ, ਅੱਲਾ ਦੇ ਬਾਰੇ। ਰੂਹਾਨੀਅਤ ਕੀ ਹੈ? ਰੂਹ ਦੀ ਪਾਕੀਜ਼ਗੀ, ਦਿਲ ਦੀ ਪਾਕੀਜ਼ਗੀ, ਨਫਸ ਦੀ ਪਾਕੀਜ਼ਗੀ, ਇਹ ਉਹ ਹੈ ਦੁਨੀਆ ਤੋਂ ਬੇਜ਼ਾਰੀ, ਆ ਰੂਹਾਨੀਅਤ ਹੈ। ਆਪ ਜਦੋਂ ਤੁਸੀਂ ਇਬਾਦਤ ਕਰਦੇ ਹੋ, ਇਹ ਤੁਹਾਡੀ ਰੂਹ ਇਬਾਦਤ ਕਰ ਰਹੀ ਹੁੰਦੀ ਹੈ। ਜਦੋਂ ਤੁਹਾਡੀ ਰੂਹ ਇਬਾਦਤ ਕਰੀ ਹੁੰਦੀ ਹੈ, ਤੁਸੀਂ ਇਸ ਦੁਨੀਆ ਨੂੰ ਭੁੱਲ ਭੁਲਾ ਕੇ ਆਪਣੇ ਅੱਲਾ ਦੇ ਨਾਲ ਤਾਲੁਕ ਕਾਇਮ ਕਰ ਲੈਂਦੇ ਹੋ। ਇਸ ਦੁਨੀਆ ਦੀ ਬੇਸਬਾਤੀ ਨੂੰ ਛੱਡ ਕੇ, ਦੁਨੀਆ ਮਤਲਬ ਦੁਨੀਆ ਤੋਂ ਬੇਨਿਆਜ਼ ਹੋ ਕੇ ਆਖਰਤ ਦੀ ਫਿਕਰ ਕਰਦੇ ਹੋ, ਆਪਣੇ ਦੀਨ ਦੀ, ਆਪਣੇ ਮਾਲਾਂ ਦੀ ਫਿਕਰ ਕਰਦੇ ਹੋ। ਹੁਣ ਰੂਹਾਨੀਅਤ ਵਿੱਚ ਵੀ ਤੁਸੀਂ ਕੀ ਡਾਲ, ਰੱਬ ਦੀ ਯਾਦ ਪਹਿਲਾ ਪੁਆਇੰਟ। ਠੀਕ ਹੈ, ਤੁਹਾਨੂੰ ਰੱਬ ਦੀ ਯਾਦ ਜਿਹੜੀ ਹੈ ਉਹ ਹਰ ਵੇਲੇ ਜ਼ਰੂਰੀ ਹੈ। ਠੀਕ ਹੈ, ਦੂਜਾ ਜੇ ਦੁਨੀਆ ਦੀ ਬੇਸਬਾਤੀ, ਦੁਨੀਆ ਤੋਂ ਤੁਸਾਂ ਬੇਨਿਆਜ਼ ਹੋ, ਉਹਦੀ ਕੋਈ ਫਿਕਰ ਨਹੀਂ ਕਰਨੀ, ਫਿਰ ਆਖਰਤ ਦੀ। ਜਦੋਂ ਤੁਸੀਂ ਦੁਨੀਆ ਤੋਂ ਬੇਨਿਆਜ਼ ਹੋ ਜਾਓਗੇ ਤਾਂ ਆਖਰਤ ਦੋਵਾਂ ਨੂੰ ਫਿਕਰ ਲੱਗ ਜਾਏਗੀ। ਠੀਕ ਹੈ, ਫਿਰ ਮੁਨਾਫਕਤ ਦੀ ਮੁਜ਼ੰਮਤ। ਠੀਕ ਹੈ, ਮੁਨਾਫਿਕ ਨਹੀਂ ਹੋਣਾ, ਦਿਲ ਨੂੰ ਪਾਕ ਰੱਖਣਾ, ਦਿਲ ਨੂੰ ਸਾਫ਼ ਰੱਖਣਾ, ਮੁਨਾਫਕਤ ਨਹੀਂ ਕਰਨੀ। ਠੀਕ ਹੈ, ਲੋਭ ਲਾਲਚ ਤੇ ਹਿਰਸ ਦੀ ਮੁਜ਼ੰਮਤ ਉਹਨਾਂ ਨੇ ਕੀਤੀ। ਰੂਹਾਨੀ ਤਾਲੀਮਾਤ ਨੇ ਨਾ ਤੇ ਜੋ ਵੀ ਭੈੜੀਆਂ ਗੱਲਾਂ ਨੇ ਨਾ ਉਹਨਾਂ ਤੋਂ ਬਚਣ ਦੀ ਜਿਹੜੀ ਹੈ ਨਾ ਤਲਕੀਨ ਕੀਤੀ ਹੈ ਬਾਬਾ ਜੀ ਨੇ। ਦਿਲ ਆਜ਼ਾਰੀ ਨਹੀਂ ਕਰਨੀ, ਠੀਕ ਹੈ, ਲੋਭ ਲਾਲਚ ਤੋਂ ਬਚਣਾ ਹੈ, ਆਜਿਜ਼ੀ ਤੇ ਇਨਕਸਾਰੀ ਹੋਣੀ ਚਾਹੀਦੀ, ਰੱਬ ਦੇ ਗਜ਼ਬ ਤੋਂ ਪਨਾਹ ਮੰਗਣੀ ਚਾਹੀਦੀ, ਜਿਹਦੇ ਸੂਰਾ ਫਾਤਿਹਾ ਵਿੱਚ ਵੀ ਹੈ, ਤੇ ਉਹ ਗੱਲਾਂ ਨੇ, ਮੌਤ ਦੀ ਫਿਕਰ ਕਰਨੀ ਚਾਹੀਦੀ ਹਰ ਵੇਲੇ। ਇਹ ਚੰਦ 5-7 ਪੁਆਇੰਟ ਨੇ ਔਰ ਤੁਸੀਂ ਯਾਦ ਰੱਖਣੇ। ਠੀਕ ਹੈ, ਇਹੀ ਰੂਹਾਨੀ ਤਾਲੀਮਾਤ ਵਿੱਚ ਲਿਖਣਾ। ਹੁਣ ਰੱਬ ਦੀ ਯਾਦ ਵਿੱਚ ਉਹ ਕੀ ਕਹਿੰਦੇ ਨੇ? ਠੀਕ ਹੈ, ਬਾਬਾ ਜੀ ਹੋਰਾਂ ਦੱਸਿਆ ਭਾਈ ਉਹ ਲੋਕ ਜਹਨਮ ਦਾ ਬਾਲਣ ਬਣਦੇ ਨੇ
ਜਿਹੜੇ ਆਪਣੇ ਹਕੀਕੀ ਮਾਲਕ ਨੂੰ ਭੁੱਲ ਜਾਂਦੇ। ਇਸ ਲਈ ਉਹਦਾ ਨਾਂ ਦਿਲੋਂ ਨਹੀਂ ਵਸਾਰਨਾ ਚਾਹੀਦਾ, ਸਗੋਂ ਜੇਬ ਤੇ ਹਰ ਵੇਲੇ ਰੱਖਣਾ ਚਾਹੀਦਾ, ਜੀਬ ਤੇ ਹਰ ਵੇਲੇ ਰੱਖਣਾ ਚਾਹੀਦਾ। ਹਰ ਵੇਲੇ ਤੁਸੀਂ ਅੱਲਾ ਅੱਲਾ ਕਰੋ ਹਰ ਵੇਲੇ, ਕਿਉਂ ਜੇ ਉਹ ਤਾਂ ਹਰ ਵੇਲੇ ਵੇਖ ਰਿਹਾ ਹੈ ਤੇ ਉਸ ਦਾ ਬੰਦੇ ਨੂੰ ਵਸਾਰਿਆ ਵੀ ਨਹੀਂ ਹੈ। ਠੀਕ ਹੈ, ਹੁਣ ਇਹਦੇ ਵਿੱਚ ਇਹ ਕੀ ਹੈ, ਉੱਠ ਫਰੀਦਾ ਸੁੱਤਿਆ ਤੇ ਝਾੜੂ ਦੇ ਮਸੀਤ, ਤੂੰ ਸੁੱਤਾ ਰੱਬ ਜਾਗਦਾ ਤੇਰੀ ਡਾਢਿਆਂ ਨਾਲ ਪ੍ਰੀਤ। ਠੀਕ ਹੈ, ਇਸ ਤਰ੍ਹਾਂ ਦੇ ਦੋ ਚਾਰ ਸ਼ੇਰ ਹੋਰ ਪਾ ਲਓ। ਦੁਨੀਆਂ ਦੀ ਬੇਸਬਾਤੀ ਵਿੱਚ ਕੀ ਹੈ, ਆਖਰਤ ਦੀ ਫਿਕਰ ਤਾਂ ਸਹੀ ਤੌਰ ਦੁਨੀਆਂ ਦੀ ਬੇਸਬਾਤੀ ਪਾਣੀ ਦਾ ਬੁਲਬੁਲਾ ਜਾਣਨ ਨਾਲ ਹੀ ਸਮਝਿਆ ਜਾਂਦਾ ਹੈ। ਠੀਕ ਹੈ, ਬਾਬਾ ਜੀ ਨੇ ਕਿਹਾ ਕੁਲ ਮਨ ਲਈ ਹਫਾਨ ਦੀ ਅਨਮਟ ਦਲੀਲ ਹੈ ਕਿ ਉਹਨਾਂ ਦਾ ਕੀ ਕਹੇ, ਉਹ ਵੇਖ ਫਰੀਦਾ ਢੇਰੀਆਂ ਜਿੰਨਾ ਤੇ ਕੱਖ ਪਏ, ਉਧਰੋਂ ਨਹੀਂ ਕੋਈ ਆਇਆ ਤੇ ਇਧਰੋਂ ਲੱਖ ਗਏ, ਇਹ ਵਕਤ ਨੇੜੇ ਆ ਗਿਆ, ਆਖਰਤ ਦਾ ਮਰਨ ਦਾ ਵੇਲਾ ਨੇੜੇ ਆ ਗਿਆ, ਤੇ ਦੁਨੀਆਂ ਤੂੰ ਲੋ ਨਹੀਂ ਲਾਓ, ਅੱਲਾ ਨਾਲ ਲੋ ਲਾਓ, ਅੱਲਾ ਨੂੰ ਆਪਣੇ ਦਿਲ ਵਿੱਚ ਵਸਾ ਲਓ। ਇਹਨਾਂ ਦਾ ਪੈਗਾਮ ਹੈ, ਆਖਰਤ ਦੀ ਫਿਕਰ ਹੈ, ਉਹ ਵੀ ਉਹੀ ਪਹਿਲੇ ਵਾਲੇ ਪਿਛਲੇ ਟੌਪਿਕ ਨਾਲ ਰਲਦਾ ਹੈ। ਰੋਜ਼ੇ ਹਸ਼ਰ ਜਦੋਂ ਅਮਲਾਂ ਦੇ ਹਿਸਾਬ ਕਿਤਾਬ ਹੋਣ ਦੇ ਤੇ ਜਜ਼ਾ ਸਜ਼ਾ ਮਿਲੇਗੀ। ਬਾਬਾ ਜੀ ਉਸ ਦਿਨ ਉਸ ਦਿਹਾੜੇ ਜਦੋਂ ਕੋਈ ਕਿਸੇ ਤੇ ਕੰਮ ਨਹੀਂ ਆਏਗਾ, ਖੁਦ ਨੂੰ ਕਿਵੇਂ ਯਾਦ ਕਰਕੇ ਦੂਜਿਆਂ ਨੂੰ ਆਖਰਤ ਹਿਸਾਬ ਕਿਤਾਬ ਤੇ ਜਜ਼ਾ ਸਜ਼ਾ ਤੇ ਫਿਕਰ ਦੇ ਰਹਿਣਾ। ਉਹਨਾਂ ਦਾ ਕਹਿਣਾ ਕਿ ਆਖਰਤ ਦੀ ਫਿਕਰ ਕਰੋ। ਠੀਕ ਹੈ, ਉਹ ਵਕਤ ਜਜ਼ਾ ਸਜ਼ਾ ਦਾ ਹੋਵੇਗਾ ਆਖਰਤ ਦਾ, ਤੇ ਆਖਰਤ ਨੂੰ ਵੇਖ ਕੇ ਅੱਜ ਦਾ ਦਿਨ ਜਾਣਾ ਤੁਸੀਂ ਉਹਨੂੰ ਸੰਵਾਰ ਲਓ। ਵੇਖ ਫਰੀਦਾ ਜੂਥਿਆ ਦਾੜੀ ਹੋਈ ਭੂਰ, ਅੱਗਾ ਨੇੜੇ ਆ ਗਿਆ ਪਿੱਛਾ ਰਹਿ ਗਿਆ ਦੂਰ। ਠੀਕ ਹੈ, ਬਾਬਾ ਜੀ ਕੁਰਾਨੀ ਫਲਸਫਾ ਹਯਾਤ ਇਸਲਾਮੀ ਖਤੂਤ ਉੱਤੇ ਮੁਹੱਬਤ ਅਮਨ ਭਰਿਆ ਤੇ ਪੁਰਸਕੂਨ ਮਾਸ਼ਰਾ ਕਾਇਮ ਕਰਨ ਲਈ ਕਹਿੰਦੇ ਹਨ। ਹੁਣ ਉਹਨਾਂ ਨੇ ਮੁਨਾਫਕਤ ਦੀ ਵੀ ਮਜ਼ੰਮਤ ਕੀਤੀ ਹੈ, ਭੈੜੀਆਂ ਸ਼ੈਵਾਂ ਦੀ ਮਜ਼ੰਮਤ ਕੀਤੀ, ਮੁਨਾਫਕਤ ਦੀ, ਦਿਲ ਅਜ਼ਾਰੀ ਦੀ, ਕਿਸੇ ਦਾ ਦਿਲ ਨਾ ਸਾੜੋ, ਲੋਭ ਲਾਲਚ ਤੇ ਹਿਰਸ ਨਾ ਤੇ ਨਾ ਰਹੋ। ਲੋਭ ਲਾਲਚ ਹਿਰਸ ਕੀ, ਇੱਕ ਉਹਦੇ ਸ਼ੇਰ ਹੈ, ਫਰੀਦਾ ਰੋਟੀ ਮੇਰੀ ਕਾਟ ਦੀ, ਲਾਵਨ ਮੇਰੀ ਭੁੱਖ, ਜਿਨ੍ਹਾਂ ਖਾਧੀ ਚੋਪੜੀ ਗੰਨੇ ਸਹਿਣਗੇ ਦੁੱਖ। ਠੀਕ ਹੈ, ਤੁਸਾਂ ਜੋ ਲੱਭ ਰਹੇ ਉਹ ਕਰ ਲਓ, ਜ਼ਿਆਦਾ ਦੇਰ ਹਿਰਸ ਨਾ ਰੱਖੋ। ਰੁੱਖੀ ਸੁੱਖੀ ਖਾ ਕੇ ਠੰਡਾ ਪਾਣੀ ਪੀ, ਵੇਖ ਪਰਾਈ ਚੋਪੜੀ ਨਾ ਤਰਸਾਵੀ ਜੀ। ਇਹ ਵੀ ਸ਼ੇਰ ਹੈ ਆਜ਼ਦੀ ਦੇ ਇਨਕਸਾਰੀ ਦਾ। ਉਹਨਾਂ ਨੇ ਕਿਹਾ ਜਿਵੇਂ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਸਾਰੀ ਤਾਲੀਮਾਤ ਨੇ ਆਜ਼ਦੀ ਅੱਲਾਹ ਪਾਕ ਨੂੰ ਬਹੁਤ ਚੰਗੀ ਲੱਗਦੀ ਹੈ, ਤੇ ਸਾਡੇ ਸੋਹਣੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਸਾਰੀ ਹਯਾਤੀ ਇਸ ਤੇ ਇਨਕਸਾਰੀ ਦਾ ਵੱਡਾ ਤੇ ਆਲਾ ਨਮੂਨਾ ਸੀ। ਬਾਬਾ ਜੀ ਨੇ ਸੁਨਤ ਪਾਕ ਇਸ ਤਰ੍ਹਾਂ ਜ਼ਿੰਦਾ ਕਰਨ ਦਾ ਦੀ ਤਾਕੀਦ ਕੀਤੀ। ਠੀਕ ਹੈ, ਇਹ ਕਾਲੇ ਮੈਂਡੇ ਕੱਪੜੇ ਤੇ ਕਾਲਾ ਮੈਂਡਾ ਵੇਸ, ਗੁਨਾਹੀ ਭਰਿਆ ਮੈਂ ਫਿਰਾਂ ਤੇ ਲੋਕ ਕਹਿਣ ਦਰਵੇਸ਼, ਇਹ ਅੱਜ ਦੀ ਇਨਕਸਾਰੀ ਦੀ। ਠੀਕ ਹੈ, ਤੇ ਮੌਤ ਦੀ ਫਿਕਰ ਆਪਣਾ ਜਿਵੇਂ ਆਖਰੀ ਦੀ ਫਿਕਰ ਹੈ ਕਿ ਤਾਂ ਮੌਤ ਨੂੰ ਨਾ ਭੁੱਲੋ, ਹਰ ਵੇਲੇ ਮੌਤ ਨੂੰ ਯਾਦ ਰੱਖੋ। ਠੀਕ ਹੈ, ਉਹਨਾਂ ਨੇ ਇਸ ਤੇ ਬਹੁਤ ਜ਼ੋਰ ਦਿੱਤਾ। ਇਹ ਹੋ ਗਿਆ ਰੂਹਾਨੀ ਤਾਲੀਮਾਤ, ਹੁਣ ਆ ਜਾਓ ਇਖਲਾਕੀ ਤਾਲੀਮਾਤ ਤੇ। ਹੁਣ ਇਖਲਾਕੀ ਤਾਲੀਮਾਤ, ਇਖਲਾਕ, ਅੱਛਾ ਸੋਹਣਾ ਇਖਲਾਕ ਹੋਣਾ ਚਾਹੀਦਾ, ਹੁਸਨੇ ਇਖਲਾਕ ਨਾਲ ਗੱਲ ਕਰੋ, ਸੱਚ ਬੋਲੋ, ਗਰੂਰ ਤੇ ਤਕੱਬਰ ਨਾ ਕਰੋ, ਆਪਣੀ ਜ਼ਾਤ ਦੀ ਨਫ਼ੀ ਕਰੋ, ਮੈਂ ਨਾ ਲਗਾਓ। ਇਹਦੇ ਆਜ਼ਾਦ ਨਫ਼ੀ ਵਿੱਚ ਵੀ ਉਹਨਾਂ ਕਿਹਾ, ਫਰੀਦਾ ਕਾਲੇ ਮੈਂਡੇ ਕੱਪੜੇ ਤੇ ਕਾਲਾ ਮੈਂਡਾ ਵੇਸ, ਗੁਨਾਹੀ ਭਰਿਆ ਮੈਂ ਫਿਰਾਂ ਲੋਕ ਕਹਿਣ ਦਰਵੇਸ਼, ਇਹ ਆਜ਼ਾਦ ਦੀ ਨਫ਼ੀ ਹੈ। ਠੀਕ ਹੈ, ਸੈਲਫ ਕ੍ਰਿਟਿਸਿਜ਼ਮ ਉਹਨਾਂ ਨੇ ਕੀਤਾ, ਮੋਡੈਸਟੀ ਨੂੰ ਅਪਣਾਇਆ, ਇਸਤਕਾਮਤ ਤੇ ਕਨਾਤ ਦੀ ਉਹਨਾਂ ਨੇ ਕੀਤੀ ਗੱਲ, ਰੁੱਖੀ ਸੁੱਖੀ ਖਾ ਕੇ ਠੰਡਾ ਪਾਣੀ ਪੀ, ਵੇਖ ਪਰਾਈ ਚੋਪੜੀ ਨਾ ਤਰਸਾਈ ਜੀ। ਮਹਿਰੂਮੀ ਦਾ ਅਹਿਸਾਸ ਨਹੀਂ ਹੋਣਾ ਚਾਹੀਦਾ, ਸੱਚਾਈ ਬੋਲੋ, ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ, ਜੋ ਗੁਰੂ ਦੱਸੇ ਵਾਟ ਮੁਰੀਦਾਂ ਜੋਲੀਏ, ਜੋ ਗੁਰੂ ਦੱਸੇ ਹੋਏ ਵਾਟ ਮੁਰੀਦਾਂ ਬੋਲੀ, ਜੋ ਗੁਰੂ ਨੇ ਦੱਸਿਆ, ਜੋ ਮੁਰਸ਼ਦ ਨੇ ਦੱਸਿਆ, ਜੋ ਅੱਲਾ ਵਾਲੇ ਨੇ ਦੱਸਿਆ, ਜੋ ਅੱਲਾ ਨੇ ਦੱਸਿਆ, ਉਹ ਮੁਰੀਦ ਬੋਲਣਾ ਚਾਹੀਦਾ। ਠੀਕ ਹੈ, ਹੌਸਲਾ ਤੇ ਤਹੱਮਲ ਹੋਣਾ ਚਾਹੀਦਾ, ਸ਼ਰੀਅਤ ਤੇ ਬੁਨਿਆਦੀ ਤਾਲੀਮ ਇਖਲਾਕ ਸੰਵਾਰਨਾ ਹੈ। ਇਸ ਲਈ ਆਪ ਦੇ ਬਹੁਤ ਸਾਰੇ ਸ਼ਲੋਕ ਇਖਲਾਕੀ ਰੰਗ ਵਿੱਚ ਰੰਗੇ ਹੋਏ ਹਨ। ਆਪਨੇ ਹੌਸਲਾ, ਤਹੱਮਲ, ਬਰਦਬਾਰੀ ਤੇ ਬਰਦਾਸ਼ਤ ਕਰਨ ਤੇ ਬਦੀ ਨੂੰ ਨੇਕੀ ਰਾਹੀਂ ਜਵਾਬ ਦੇਣ ਦਾ ਪ੍ਰਚਾਰ ਇੰਝ ਕੀਤਾ ਹੈ ਕਿ ਹਿੰਦੁਸਤਾਨ ਦਾ ਹਰ ਗੋਸ਼ਾ ਇਹਦੀ ਮਹਿਕ ਨਾਲ ਰਚ ਬਚ ਗਿਆ ਹੈ। ਠੀਕ ਹੈ, ਇਹਨਾਂ ਦੀ ਬਹੁਤ ਸਾਰੀ ਨਸੀਹਤਾਂ ਨੇ, ਸਬਰ ਕਰੋ, ਜ਼ੁਬਾਨ ਦੀ ਮਿਠਾਸ ਹੋਣੀ ਚਾਹੀਦੀ, ਗੁੱਸਾ ਨਹੀਂ ਕਰਨਾ। ਠੀਕ ਹੈ, ਇਹ ਸਾਰੀਆਂ ਉਹਨਾਂ ਦੀਆਂ ਤਾਲੀਮਾਤ ਨੇ।
ਫਿਰ ਇਹਦੇ ਵਿੱਚ ਆ ਜਾਂਦਾ ਸ਼ਲੋਕਾਂ ਦੀ ਫਨੀ ਖੂਬੀਆਂ, ਵਜ਼ਨ ਤੇ ਬਹਿਰ, ਮਤਲਬ ਬਹੁਤ ਸਾਰਾ ਇਹਨਾਂ ਦਾ ਕੋਈ ਵੀ ਸ਼ਲੋਕ ਵਜ਼ਨ ਤੋਂ ਖਾਲੀ ਨਹੀਂ ਹੈ, ਬਹਿਰ ਬੜਾ ਉਹਨਾਂ ਨੇ ਚੁਣਿਆ, ਮੁਨਾਸਿਬ ਚੁਣਿਆ। ਬਾਬਾ ਜੀ ਨੇ ਕਈ ਔਜ਼ਾਨ ਵਰਤ ਕੇ ਜਿੱਥੇ ਮਜ਼ੂਨੀਅਤ ਤੇ ਤਾਸਰ ਪੈਦਾ ਕੀਤਾ, ਉਹਨਾਂ ਨੇ ਡਿਫਰੈਂਟ ਐਗਜ਼ਾਮਪਲਸ ਨਾਲ ਤਸ਼ਬੀਹ ਇਸਤਿਹਾਰਾ ਇਸਤੇਮਾਲ ਕਰਕੇ, ਜਿਵੇਂ ਚਰਖੇ ਨੂੰ ਇਨਸਾਨ ਦੀ ਜ਼ਿੰਦਗੀ ਨਾਲ ਰਿਲੇਟ ਕੀਤਾ ਹੈ। ਇਹਦੇ ਨਾਲ ਬਹੁਤ ਸਾਰੀਆਂ ਉਹਨਾਂ ਨੇ ਤਸ਼ਬੀਹਾਤ ਦਿੱਤੀਆਂ ਨੇ। ਫਿਰ ਮਰਾਤੁ ਨਜ਼ੀਰ, ਇਹ ਜਿਹੇ ਅਲਫਾਜ਼ ਜਿਨ੍ਹਾਂ ਵਿੱਚ ਮਾਨੀ ਏਕਤਾ ਹੋਵੇ, ਠੀਕ ਹੈ, ਵਰਡਸ ਦੋ ਨੇ ਲੇਕਿਨ ਮਾਨੀ ਉਹਨਾਂ ਦਾ ਇੱਕ ਹੀ ਹੋਵੇ। ਤਮਸੀਲਾਂ, ਮਿਸਾਲਾਂ ਦੇ ਕੇ ਉਹਨਾਂ ਨੇ ਗੱਲਾਂ ਕੀਤੀਆਂ ਨੇ, ਆਮ ਲਫ਼ਜ਼ ਇਸਤੇਮਾਲ ਕੀਤੇ ਨੇ ਜਿਹੜਾ ਆਮ ਲੋਕਾਂ ਦੀ ਸਮਝ 'ਚ ਆ ਜਾਣ, ਤੇ ਉਹ ਜ਼ੁਬਾਨ ਤੇ ਸਲੂਕ ਤੇ ਸ਼ਲੋਕਾਂ ਦੀ ਜ਼ੁਬਾਨ ਸਾਫ਼ ਸੁਥਰੀ ਪੱਧਰੀ ਰਵਾਂ ਤੇ ਆਮ ਫਹਿਮ ਹੈ। ਉਹਨਾਂ ਦਾ ਵੱਖਰਾ ਇੱਕ ਸਟਾਈਲ ਸੀ, ਠੀਕ ਹੈ। ਤੇ ਮੁੱਕਦੀ ਗੱਲ ਕਿ ਬਾਬਾ ਜੀ ਨਾ ਸਿਰਫ ਸੂਫੀ ਤੇ ਵਲੀ ਸਨ ਬਲਕਿ ਵੱਡੇ ਪੁਖਤਾ ਫਿਕਰ, ਸ਼ਾਇਰ, ਮੁਫੱਕਰ ਤੇ ਮੁਬੱਲਿਗ ਸਨ, ਠੀਕ ਹੈ। ਇਹ ਯਾਦ ਰੱਖਿਓ, ਪੰਜਾਬੀ ਸ਼ਾਇਰ ਦੇ ਪਹਿਲੇ ਜਿਹੜੇ ਜਿਨ੍ਹਾਂ ਨੇ ਪੰਜਾਬੀ ਦਾ ਇਨੀਸ਼ੀਅਲ ਉਹਨੂੰ ਕੀ ਕਹਿੰਦੇ ਨਾ, ਪੰਜਾਬੀ ਨੂੰ ਸ਼ੁਰੂ ਕੀਤਾ, ਉਹ ਬਾਬਾ ਜੀ ਸਨ, ਠੀਕ ਹੈ, ਬਾਬਾ ਫਰੀਦ ਸਨ। ਉਹਨਾਂ ਦਾ ਹਰ ਸ਼ਲੋਕ ਪੰਜਾਬੀ ਕਰੈਕਟਰ ਦੀ ਬੜੀ ਸੋਹਣੀ ਸੂਰਤ ਪੇਸ਼ ਕਰਦਾ ਹੈ। ਹਰ ਸਤਰ ਜ਼ਿੰਦਗੀ ਨੂੰ ਆਜਜ਼ੀ, ਮਿਠਾਸ ਤੇ ਮੁਹੱਬਤ ਦਾ ਪੈਗਾਮ ਦੇ ਕੇ ਖੁਸ਼ ਹੁੰਦੀ ਹੈ। ਤੇ ਬਾਬਾ ਜੀ ਨੇ ਇਹਨਾਂ ਸ਼ਲੋਕਾਂ ਰਾਹੀਂ ਪੰਜਾਬੀ ਜ਼ੁਬਾਨ ਨੂੰ ਪੱਕੀ ਪੀੜ੍ਹੀ ਨਹੀਂ ਦਿੱਤੀ ਹੈ, ਠੀਕ ਹੈ। ਅੱਜ ਦੀ ਸ਼ਾਇਰੀ ਇਹਦੇ ਉੱਤੇ ਖਲੋਤੀ ਹੈ। ਇਹ ਹੋ ਗਿਆ ਜੀ ਸਾਡਾ ਬਾਬਾ ਫਰੀਦ, ਤੇ ਅਗਲੀ ਵੀਡੀਓ 'ਚ ਅਸੀਂ ਨੈਕਸਟ ਸ਼ਾਇਰ ਕਰਾਂਗੇ। ਟਿਲ ਦੈਨ ਟੇਕ ਕੇਅਰ, ਅੱਲਾ ਹਾਫਿਜ਼।